ਹੈਲੋ ਐਵਰੀਵਨ, ਅੱਜ ਮੈਂ ਤੁਹਾਨੂੰ ਸਾਰੀ ਤਰ੍ਹਾਂ ਦੀ ਕਲਰ ਕੋਂਬੀਨੇਸ਼ਨ ਨਾਲ ਪੱਤੀਆਂ ਬਣਾਉਣਾ ਸਿਖਾਵਾਂਗੀ ਹੈਂਡ ਪੇਂਟਿੰਗ 'ਚ। ਇੱਕ ਹੀ ਵੀਡੀਓ ਵਿੱਚ ਆਪਾਂ ਸਾਰੇ ਕਲਰਸ ਨਾਲ, ਮਤਲਬ ਜੋ ਵੀ ਆਪਾਂ ਕਲਰ ਯੂਜ਼ ਕਰਦੇ ਹਾਂ ਮੇਨਲੀ ਲੀਵਸ ਲਈ, ਉਹ ਮੈਂ ਸਾਰਾ ਤੁਹਾਨੂੰ ਇਸ ਵੀਡੀਓ ਵਿੱਚ ਹੀ ਸਿਖਾਵਾਂਗੀ। ਗ੍ਰੀਨ ਐਂਡ ਆਪਾਂ ਲਾਈਟ ਯੈਲੋ ਨਾਲ, ਲਾਈਟ ਯੈਲੋ ਜਾਂ ਫਿਰ ਜੋ ਬਿਲਕੁਲ ਕ੍ਰੀਮ ਸ਼ੇਡ ਵਿੱਚ ਆਉਂਦਾ ਹੈ ਉਹ ਕਲਰ ਯੂਜ਼ ਕਰ ਸਕਦੇ ਹਾਂ ਗ੍ਰੀਨ ਨਾਲ। ਔਰ ਪੱਤੀਆਂ ਤੁਸੀਂ ਦੇਖ ਸਕਦੇ ਹੋ, ਆਪਾਂ ਹਰ ਪੈਟਰਨ ਦੀਆਂ ਪੱਤੀਆਂ ਬਣਾਵਾਂਗੇ ਇਸ ਵੀਡੀਓ ਵਿੱਚ। ਔਰ ਕਲਰ ਇੱਥੇ ਮੈਂ ਲਾਈਟ ਗ੍ਰੀਨ ਔਰ ਲਾਈਟ ਯੈਲੋ ਅਤੇ ਡਾਰਕ ਗ੍ਰੀਨ, ਹਲਕਾ ਜਿਹਾ ਡਾਰਕ ਯੈਲੋ ਐਂਡ ਲਾਈਟ ਯੈਲੋ ਦਾ ਯੂਜ਼ ਕੀਤਾ। ਸ਼ੇਪ ਤੁਸੀਂ ਆਪਣੇ ਅਕੋਰਡਿੰਗ, ਜੋ ਵੀ ਡਿਜ਼ਾਈਨ ਤੁਸੀਂ ਚੂਜ਼ ਕਰਦੇ ਹੋ ਆਪਣੇ ਸੂਟ ਦੇ ਅਕੋਰਡਿੰਗ, ਤੁਸੀਂ ਉਹੀ ਬਣਾ ਸਕਦੇ ਹੋ। ਜਦੋਂ ਵੀ ਤੁਸੀਂ ਨਿਊ ਕਲਰ ਲਗਾਓਗੇ ਤਾਂ ਤੁਹਾਡਾ ਬ੍ਰਸ਼ ਬਿਲਕੁਲ ਸਾਫ਼ ਹੋਣਾ ਚਾਹੀਦਾ, ਤਾਂ ਕਿ ਜੋ ਆਪਣੇ ਪਹਿਲਾਂ ਵਾਲਾ ਕਲਰ ਲੱਗਿਆ ਹੁੰਦਾ ਬ੍ਰਸ਼ 'ਤੇ ਉਹ ਮਿਕਸ ਨਾ ਹੋ ਜਾਵੇ। ਉਹਦੇ ਨਾਲ ਕੀ ਹੈ, ਪੱਤੀਆਂ ਦੀ ਸ਼ੇਡ ਬਿਲਕੁਲ ਵੀ ਸੋਹਣੀ ਨਹੀਂ ਆਊਗੀ ਅਗਰ ਕਲਰ ਮਿਕਸ ਹੋ ਗਿਆ ਤਾਂ। ਹੁਣ ਮੈਂ ਇੱਥੇ ਕਲਰ ਚੇਂਜ ਕੀਤੇ ਆ, ਮੈਂ ਬਰਾਊਨ ਐਂਡ ਲਾਈਟ ਯੈਲੋ ਲਿੱਤਾ। ਬਰਾਊਨ ਕਲਰ ਨਾਲ ਉਹਦੀ ਸ਼ੇਡ ਬਹੁਤ ਸੋਹਣੀ ਆਉਂਦੀ ਹੈ। ਇਹ ਤੁਸੀਂ ਆਪਣੇ ਸੂਟ ਦੇ ਕਲਰ ਦੇ ਅਕੋਰਡਿੰਗ ਚੂਜ਼ ਕਰ ਸਕਦੇ ਹੋ ਕਿ ਤੁਹਾਨੂੰ ਗ੍ਰੀਨ ਜ਼ਿਆਦਾ ਸੂਟ ਕਰ ਰਿਹਾ ਜਾਂ ਬਰਾਊਨ ਐਂਡ ਲਾਈਟ ਯੈਲੋ ਵਾਲੀ ਪੱਤੀਆਂ ਤੁਹਾਨੂੰ ਜ਼ਿਆਦਾ ਸਹੀ ਲੱਗ ਰਹੀਆਂ। ਦੋਨਾਂ ਵਿੱਚੋਂ ਤੁਸੀਂ ਕੋਈ ਵੀ ਚੂਜ਼ ਕਰ ਸਕਦੇ ਹੋ ਆਪਣੇ ਸੂਟ ਦੇ ਸ਼ੇਡ ਦੇ ਅਕੋਰਡਿੰਗ।
ਉਸ ਤੋਂ ਬਾਅਦ ਤੁਸੀਂ ਥੋੜ੍ਹੀ ਜਿਹੀ ਪੱਤੀਆਂ 'ਤੇ ਡਿਜ਼ਾਇਨਿੰਗ ਵੀ ਕਰ ਸਕਦੇ ਹੋ, ਜਿਵੇਂ ਕਿ ਵਾਈਟ ਕਲਰ ਨਾਲ ਲਾਈਨਿੰਗ ਕਰਕੇ ਵੀ ਪੱਤੀਆਂ ਸੋਹਣੀਆਂ ਲੱਗਦੀਆਂ। ਐਂਡ ਤੁਸੀਂ ਬਲੈਕ ਵੀ ਚੂਜ਼ ਕਰ ਸਕਦੇ ਹੋ, ਇਹ ਵੀ ਤੁਸੀਂ ਆਪਣੇ ਸੂਟ ਦੇ ਸ਼ੇਡ ਦੇ ਅਕੋਰਡਿੰਗ ਹੀ ਕਰ ਸਕਦੇ ਹੋ। ਇਸ ਨਾਲ ਕਿ ਥੋੜ੍ਹੀ ਜਿਹੀ ਫਿਨਿਸ਼ਿੰਗ ਵੀ ਆ ਜਾਂਦੀ ਹੈ।